मेरा नाम युवराज कुमार है। मैं 8वीं क्लास का विद्यार्थी हाँ। मैं अज एक साइंस की एक्टिविटी करके दिखावांगा, जिवें कि तुसी देख सकते हो कि एक गिलास अते दो गिलास असी लै लए हन। इन्हां दोनों गिलासों में असी एक एक सिक्का रख दिता गया है, जिवें कि तुसी देख सकते हो। असी हुण इन्हां दोनों गिलासों में पानी पा देंगे। ਕੀ ਤੁਹਾਨੂੰ ਗਲਾਸ ਨੰਬਰ 1 ਵਿੱਚ ਪਿਆ ਸਿੱਕਾ ਦਿਖਾਈ ਦੇ ਰਿਹਾ ਹੈ? ਕੀ ਤੁਹਾਨੂੰ ਗਲਾਸ ਨੰਬਰ 2 ਵਿੱਚ ਸਿੱਕਾ ਪਿਆ ਦਿਖਾਈ ਦੇ ਰਿਹਾ ਹੈ? ਤੁਹਾਨੂੰ ਗਲਾਸ ਨੰਬਰ 1 ਵਿੱਚ ਪਿਆ ਸਿੱਕਾ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਇਹ ਟੋਟਲ ਇੰਟਰਨਲ ਰਿਫਲੈਕਸ਼ਨ ਹੋ ਰਹੀ ਹੈ, ਜਿਸ ਦਾ ਮਤਲਬ ਹੈ ਕਿ ਸਿੱਕਾ ਸਾਨੂੰ ਸਾਈਡ ਤੋਂ ਦਿਖਾਈ ਦੇ ਰਿਹਾ ਹੈ ਪਰ ਸਾਈਡ ਤੋਂ ਨਹੀਂ ਦਿਖਾਈ ਦੇ ਰਿਹਾ, ਪਰ ਜਦੋਂ ਅਸੀਂ ਉੱਪਰੋਂ ਦੀ ਦੇਖਦੇ ਹਾਂ ਤਾਂ ਸਾਨੂੰ ਸਿੱਕਾ ਦਿਖਾਈ ਦੇ ਰਿਹਾ ਹੈ। ਜਿਵੇਂ ਕਿ ਤੁਸੀਂ ਉੱਪਰੋਂ ਦੇਖ ਸਕਦੇ ਹੋ ਕਿ ਇਹ ਸਿੱਕੇ ਸਾਨੂੰ ਦਿਖਾਈ ਦੇ ਰਹੇ ਹਨ ਪਰ ਸਾਈਡ ਤੋਂ ਨਹੀਂ ਦਿਖਾਈ ਦੇ ਰਹੇ। ਇਸ ਕਰਕੇ ਅਸੀਂ ਇਸ ਨੂੰ ਟੋਟਲ ਇੰਟਰਨਲ ਰਿਫਲੈਕਸ਼ਨ ਕਹਿੰਦੇ ਹਾਂ। ਧੰਨਵਾਦ।